ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਿੰਦਰ ਟੂਰਿਸਟ ਇੰਡੀਆ ਤੋਂ ਤੇ ਫਿਰ ਰੂਬਰੂ ਆਈ ਇੱਕ ਨਵੀਂ ਸਕਸੈਸ ਸਟੋਰੀ ਨਾਲ। ਇਹ ਸਕਸੈਸ ਸਟੋਰੀ ਹੈ ਜੀ, ਮੇਰੇ ਨਾਲ ਖੜੇ ਨੇ ਰਜੇਸਰ, ਇਹਨਾਂ ਦੀ ਲੁਧਿਆਣੇ ਤੋਂ ਬਿਲੋਂਗ ਕਰਦੇ ਨੇ ਤੇ ਕਲੈਰੀਕਲ ਪੋਸਟ ਆ ਪ੍ਰਾਈਵੇਟ ਸੈਕਟਰ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਡਾ ਵੀਜ਼ਾ ਗ੍ਰਾਂਟ ਹੋਇਆ। ਸੋ ਹੁਣ ਮੈਂ ਸਰ ਕੋਲੋਂ ਪੁੱਛਣਾ ਚਾਹਾਂਗੀ ਵੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਸਰ ਤੁਹਾਡਾ ਸਾਡੀ ਕੰਪਨੀ ਦੇ ਨਾਲ, ਔਰ ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ ਅੱਜ ਵੀਜ਼ਾ ਲੈ ਕੇ? ਬਹੁਤ ਵਧੀਆ ਐਕਸਪੀਰੀਅੰਸ ਆ ਗਿਆ ਮੇਰਾ, ਤੁਹਾਡੇ ਸਟਾਫ ਨਾਲ ਵਿਜ਼ਿਟ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ ਸਰ, ਥੈਂਕ ਯੂ। ਤੇ ਕਿਵੇਂ ਸਰ ਅਪਰੋਚ ਕੀਤਾ ਤੁਸੀਂ ਸਾਨੂੰ? ਮੈਂ ਫੇਸਬੁੱਕ ਤੇ ਦੇਖਿਆ ਸੀ, ਓਕੇ, ਦੇਖੀ ਸੀ, ਉਸ ਤੋਂ ਬਾਅਦ ਮੈਂ ਉੱਥੇ ਆਇਆ ਸੀ ਅਪਲਾਈ ਕੀਤਾ। ਠੀਕ ਹੈ ਜੀ। ਤੇ ਤੁਸੀਂ ਰਿਟਾਇਰਮੈਂਟ ਆ ਜਾਂ ਤੁਸੀਂ ਸ਼ੁਰੂ ਤੋਂ ਪ੍ਰਾਈਵੇਟ ਸੈਕਟਰ ਸੀ? ਮੈਂ ਸ਼ੁਰੂ ਤੋਂ ਪ੍ਰਾਈਵੇਟ। ਓਕੇ। ਤੇ ਡਾਕੂਮੈਂਟਸ ਤੁਹਾਡੇ ਕੋਲ ਰੈਡੀ ਸੀ ਸਾਰੇ ਜੋ ਸਾਨੂੰ ਚਾਹੀਦੇ ਸੀ? ਜੋ ਜਿੱਦਾਂ ਕਹਿ ਰਹੇ ਸੀਗੇ, ਓਕੇ, ਬਸ ਉਹਨਾਂ ਦੇ ਅਕੋਰਡਿੰਗ, ਮਤਲਬ ਉਹਨਾਂ ਦੀ ਗਾਈਡੈਂਸ ਦੇ ਨਾਲ ਤੁਸੀਂ ਰੈਡੀ ਕਰੀਏ। ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਜਿਵੇਂ ਕਿ ਸਰ ਕਹਿ ਰਹੇ ਨੇ ਵੀ ਜਿਵੇਂ ਵੀ ਉਹਨਾਂ ਨੂੰ ਗਾਈਡ ਕੀਤਾ ਗਿਆ ਉਵੇਂ ਉਵੇਂ ਉਹ ਡਾਕੂਮੈਂਟਸ ਰੈਡੀ ਕਰ ਲਏ। ਔਰ ਸਭ ਤੋਂ ਖਾਸ ਇਸ ਵੀਜ਼ੇ ਦੀ ਗੱਲ ਇਹ ਹੈ ਜੀ, ਇਹ ਹੋਟਲ ਬੁਕਿੰਗ ਤੇ ਵੀਜ਼ਾ ਔਰ ਪਲੱਸ ਫਰੈਸ਼ ਪਾਸਪੋਰਟ ਆ, ਤੁਸੀਂ ਚੈੱਕ ਕਰ ਸਕਦੇ ਹੋ। ਕੋਈ ਵੀ ਪਹਿਲਾਂ ਟਰੈਵਲ ਹਿਸਟਰੀ ਉਹਨਾਂ ਦੀ ਨਹੀਂ ਆ, ਪਾਸਪੋਰਟ ਫਰੈਸ਼ ਆ। ਸੋ ਹੋਟਲ ਬੁਕਿੰਗ ਤੇ ਵੀਜ਼ਾ ਸਾਨੂੰ ਬਹੁਤ ਵਧੀਆ ਲੱਗ ਰਿਹਾ, ਜਦੋਂ ਇਵੇਂ ਦੀਆਂ ਪ੍ਰੋਫਾਈਲਸ ਤੇ ਜਿਹੜੀ ਸਾਡੀ ਗਾਈਡੈਂਸ ਦੇ ਨਾਲ ਵੀਜ਼ਾ ਗ੍ਰਾਂਟ ਹੁੰਦਾ, ਸਾਨੂੰ ਖੁਦ ਅੱਛਾ ਲੱਗਦਾ। ਸਾਨੂੰ ਲੱਗਦਾ ਵੀ ਅਸੀਂ ਵੀ ਮਿਹਨਤ ਕੀਤੀ ਆ, ਚਲੋ ਵੀ ਵਧੀਆ ਰਿਜ਼ਲਟ ਮਿਲਿਆ। ਸੋ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਆ, ਕੋਈ ਵੀ ਕੁਸਚਨ ਆ, ਤੁਹਾਨੂੰ ਡਾਊਟ ਆ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਾਂ ਡਾਕੂਮੈਂਟ ਸਮਝ ਨਹੀਂ ਆ ਰਿਹਾ ਕਿਵੇਂ ਅਰੇਂਜ ਕਰਨੇ, ਕਿਵੇਂ ਬਣਾਉਣੇ, ਤੁਸੀਂ ਸਾਡੇ ਡਿਸਪਲੇਸ ਨੰਬਰ ਤੇ ਕਾਲ ਕਰੋ, ਸਾਡੀ ਐਕਸਪਰਟ ਟੀਮ ਨਾਲ ਗੱਲ ਕਰ ਸਕਦੇ ਹੋ। ਆਨਲਾਈਨ ਅਪਲਾਈ ਕਰ ਸਕਦੇ ਹੋ ਈਵਨ ਕਿ ਤੁਸੀਂ, ਜੇ ਤੁਹਾਡੇ ਕੋਲ ਟਾਈਮ ਨਹੀਂ ਆਉਣ ਲਈ, ਔਰ ਸਾਡੇ ਕਿਸੇ ਵੀ ਆਫਿਸ ਵਿਜ਼ਿਟ ਕਰਕੇ ਤੁਸੀਂ ਆਪਣਾ ਜੋ ਵੀ ਡਾਊਟ ਆ ਉਹਨੂੰ ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮਚ।